ਜੰਮੂ ਕਸ਼ਮੀਰ ਵਿਧਾਨ ਸਭਾ ਚੁਣਾਵਾਂ ਦੀ ਕੈਂਪੇਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰ ਅੱਜ ਜੰਮੂ ਕਸ਼ਮੀਰ ਦੇ ਦੌਰੇ ਉੱਪਰ ਪੁੱਜਿਆ ਕਰਦੇ ਹਨ। ਜੰਮੂ ਕਸ਼ਮੀਰ ਦੇ ਰਾਮਬਨ ਅਤੇ ਬਨਿਹਾਲ 'ਚ ਚੁਣਾਵੀ ਰੈਲੀ ਕੀ ਸੰਬੋਧਿਤ ਕਰਗਨ, ਜਿੱਥੇ ਕਿ ਭਾਜਪਾ ਦੇ ਕਈ ਸਟਾਰ ਪ੍ਰਚਾਰਕ ਸ਼ਾਮਿਲ ਹੋਣਗਨ। ਰੱਖਿਆ ਮੰਤਰੀ ਦੇ ਦੌਰੇ ਕੇ ਲਈ ਸ੍ਰੀਨਗਰ ਜੰਮੂ ਨੈਸ਼ਨਲ ਹਾਈਵੇ ਉੱਪਰ ਸੁਰੱਖਿਆ ਵਿਵਸਥਾ ਵਧਾਈ ਦਿੱਤੀ ਗਈ ਹੈ। ਕਈ ਜਗ੍ਹਾ ਪਰ ਗੱਡੀਆਂ ਦਾ ਚੈਕਿੰਗ ਅਭਿਆਨ ਵੀ ਚਲਾਇਆ ਜਾ ਕਰਦਾ ਹੈ। ਇਸ ਸਮਾਂ ਪਹਿਲੇ ਲੋਕ ਸਭਾ ਅਤੇ ਵਿਪਕਸ਼ ਦੇ ਨੇਤਾ ਰਾਹੁਲ ਗਾਂਧੀ ਹੋਰੇ ਵੀ ਬਨਿਹਾਲ ਅਤੇ ਰਾਮਬਨ 'ਚ ਜਨਸਭਾ ਕੀ ਸੰਬੋਧਿਤ ਕੀਤਾ ਹੈ। ਜੰਮੂ ਕਸ਼ਮੀਰ 'ਚ ਪਹਿਲੇ ਚਰਨ ਦੇ ਮਤਦਾਨ 18 ਕੀ, ਦੂਏ 25 ਕੀ ਅਤੇ ਤ੍ਰੀਏ 1 ਅਕਤੂਬਰ ਕੀ ਕਰਾਏ ਜਾਣਗੇ। 8 ਅਕਤੂਬਰ ਕੀ ਪਰਿਣਾਮ ਘੋਸ਼ਿਤ ਕੀਤੇ ਜਾਣਗੇ। ਜੰਮੂ ਕਸ਼ਮੀਰ 'ਚ ਚੁਣਾਵੀ ਰੈਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਮੈਦਾਨ 'ਚ ਉਤਰੇ ਦੇ ਕੈਂਡੀਡੇਟ ਵੋਟ ਹਾਸਲ ਕਰਨ ਲਈ ਜਨਤਾ ਕਨੇ ਕਈ ਸਾਰੇ ਵਾਅਦੇ ਵੀ ਕਰਾ ਕਰਦੇ ਨੇ। ਜਨਤਾ ਵੀ ਆਪਣੇ ਆਪਣੇ ਮਨਪਸੰਦ ਕੈਂਡੀਡੇਟਾਂ ਕਨੇ ਰੈਲੀਆਂ 'ਚ ਸ਼ਾਮਲ ਹੋਈਏ ਅਤੇ ਉਮੀਦਵਾਰਾਂ ਦਾ ਸਾਥ ਦਿਆ ਕਰਦੀ ਹੈ।